ਹਾਂਜੀ ਖਬਰ ਹੈ ਜੀ ਲੁਧਿਆਣਾ ਚ ਨਵਾਂ ਅਰਬਨ ਸਟੇਟ ਬਣਾਉਣ ਨੂੰ ਹਰੀ ਝੰਡੀ ਮੁੱਖ ਮੰਤਰੀ ਭਗਵੰਤ ਮਾਨ ਦੀ ਮਨਜ਼ੂਰੀ ਤੋਂ ਬਾਅਦ ਗਲਾਡਾ ਵੱਲੋਂ ਜ਼ਮੀਨ ਅਕਵਾਇਰ ਦੀ ਪ੍ਰਕਿਰਿਆ ਹੋਵੇਗੀ ਸ਼ੁਰੂ ਨਜਾਇਜ਼ ਕਲੋਨੀ ਤਰੱਕੀ ਰੋਕ ਇਹ ਭਗਵੰਤ ਮਾਨ ਦਾ ਸਹੀ ਫੈਸਲਾ ਹੈ ਕਿਸੇ ਹੋਰ ਦੀ ਥਾਂ ਡਰਾਈਵਿੰਗ ਟੈਸਟ ਦਿੰਦਾ ਕਾਬੂ ਬਹੁਤ ਮਾੜੀ ਗੱਲ ਏ ਕਤਲ ਮਗਰੋਂ ਵਿਆਹਤਾ ਦੀ ਲਾਸ਼ ਦੇ ਰੇਲਵੇ ਟਰੈਕ ਤੇ ਸੁੱਟੀ ਬਹੁਤ ਹੀ ਦੁਖਦਾਈ ਖਬਰ ਏ ਮਿਊਂਸੀਪਲ ਐਮਪਲਾਈਜ਼ ਸੰਘਰਸ਼ ਕਮੇਟੀ ਵੱਲੋਂ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਅੱਛੀ ਗੱਲ ਏ ਵਿਧਾਇਕ ਵੱਲੋਂ ਬੁੱਢਾ ਰੋਡ ਤੇ ਦੇ ਪੁਨਰ ਨਿਰਮਾਣ ਕਾਰਜ ਦਾ ਉਦਘਾਟਨ ਵਧਾਈਆਂ ਅਗਲੀ ਖਬਰ ਜੀ ਸੜਕ ਹਾਦਸਿਆਂ ਚ ਔਰਤ ਸਣੇ 3 ਲੱਖ ਬਹੁਤ ਦੁਖਦਾਈ ਖਬਰ ਏ ਵਿਧਾਇਕ ਮਾਣੂਕੇ ਨਿਰਾਲਾ ਲਾਜਪਤ ਰਾਏ ਭਵਨ ਦੀ ਉਸਾਰੀ ਸ਼ੁਰੂ ਕਰਵਾਈ ਵਧਾਈਆਂ ਮੁਅੱਤਲ ਜ਼ਿਲ੍ਹਾ ਪ੍ਰਧਾਨ ਤੇ ਤਾਨਾ ਸ਼ਰਵੇ ਦੋਸ਼ ਇਹਨੂੰ ਫੜ ਕੇ ਲਵਿਆਂ ਪਾ ਲਓ ਕੈਬਨਿਟ ਮੰਤਰੀ ਨੇ ਸਰੋਤ ਖਿਡਾਰੇ ਨਾਂ ਵੰਡੇ ਬਹੁਤ ਅੱਛੀ ਗੱਲ ਏ ਲੁੱਟਾਂ ਖੋਹਾਂ ਕਰਨ ਦੇ ਦੋਸ਼ ਗ੍ਰਿਫ਼ਤਾਰ ਫੜ ਕੇ ਲਵਿਆਂ ਪਾਓ ਪੀਏਯੂ ਅਤੇ ਗਡਵਾਸ ਦੇ ਅਧਿਆਪਕਾਂ ਵੱਲੋਂ ਰੋਸ ਧਰਨਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਭਗਵੰਤ ਮਾਨ ਕੋਲੋਂ ਕੋਈ ਸੁਖੀ ਨਹੀਂ ਏ ਤੇ ਅਗਲੀ ਖ਼ਬਰ ਹੈ ਜੀ ਮੇਰੇ ਖਿਆਲ ਇਸ ਪੇਜ ਦੀ ਇੰਨੀ ਵਿਆਖਿਆ ਬਹੁਤ ਰਹੇਗੀ